ਦੀ ਪੋਲ ਖੋਲਦੀ ਹੈ। ਕੀ ਇਹ ਸਾਰੀਆਂ ਘਟਨਾਵਾਂ ਚੋਂ ਨਲੇਕੀਓ ਝਲਕਦੀ ਹੈ ਜਾਂ ਭ੍ਰਿਸ਼ਟਾਚਾਰੀ ਦੀ ਮੁਸਕ ਵੀ ਆਉਂਦੀਆਂ ਹਨ? ਸਵਾਲ ਹੈ ਜਨਾਬ, ਨੀਟ ਦੀ ਪ੍ਰੀਖਿਆ ਆਪਣੇ ਆਪ 'ਚ ਸਵਾਲ ਹੈ, ਹੋਣਾ ਮੈਂ ਉਸ ਪਹਿਲੂ 'ਤੇ। ਸੋ ਇਸ ਲਈ ਕਹਿੰਦੇ ਕਿ ਇਹ ਸਾਰੇ ਮਾਮਲਿਆਂ 'ਚ ਘਿਰੀ ਹੋਈ ਸਰਕਾਰ ਨੂੰ ਹੁਣ ਸਵਾਲ ਇਹ ਵੀ ਹੈ ਕਿ ਕੀ ਵਿਰੋਧੀਆਂ 'ਚ ਇੰਨਾ ਦਮ ਹੈਗਾ ਕਿ ਉਹ ਸਵਾਲ ਖੜ੍ਹੇ ਕਰ ਸਕਣ, ਜਾਂ ਉਹ ਸਿਰਫ ਲਿਖਤੀ ਸਕ੍ਰਿਪਟਾਂ ਪੜ੍ਹਨ ਜੋਗੇ ਹੀ ਨੇ। ਮਣੀਪੁਰ ਸੜਦਾ ਰਿਹਾ, ਪਰ ਪ੍ਰਧਾਨ ਮੰਤਰੀ ਜੀ ਅਤੇ ਗ੍ਰਹਿ ਮੰਤਰੀ ਜੀ ਹਾਲ ਜਾਣਨ ਵੀ ਨਹੀਂ ਗਏ ਲੋਕਾਂ ਦਾ। ਵਾਜਪੇ ਨਹੀਂ ਸਮਝੇ ਕਿਸੇ ਪਰ ਅਸੀਂ ਗੱਲ ਕਰੀਏ। ਕਸ਼ਮੀਰ ਅਤੇ ਮਣੀਪੁਰ ਦੀਆਂ ਘਟਨਾਵਾਂ ਲਈ ਕੀ ਦੇਸ਼ ਦਾ ਗ੍ਰਹਿ ਮੰਤਰੀ ਜ਼ਿੰਮੇਵਾਰ ਨਹੀਂ ਗਾ? ਜੋ ਕੁਛ ਕਸ਼ਮੀਰ 'ਚ ਲਗਾਤਾਰ ਵਾਪਰ ਰਿਹਾ ਜਾਂ ਵਾਪਰਦਾ ਰਿਹਾ, ਹੈਂ, ਮਣੀਪੁਰ 'ਚ ਜੋ ਕੁਛ ਹੋਇਆ, ਕੀ ਇਹਨਾਂ ਘਟਨਾਵਾਂ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਖਾਮੀਆਂ ਫਿਰ ਉਜਾਗਰ ਨਹੀਂ ਹੁੰਦੀਆਂ? ਤੁਹਾਡਾ ਸਾਰੇ ਗ੍ਰਹਿ ਵਿਭਾਗ ਦਾ ਕਾਰਜਸ਼ੈਲੀ ਦਾ ਨਤੀਜਾ ਨਹੀਂ ਸਾਹਮਣੇ ਆਉਂਦਾ? ਇਸੇ ਤਰ੍ਹਾਂ ਨੀਟ ਪ੍ਰੀਖਿਆ ਜਿਹਦੀ ਆਪਾਂ ਗੱਲ ਕਰ, ਨੀਟ ਯੂਜੀਸੀ ਦੀ ਪ੍ਰੀਖਿਆ ਦੇ ਘੁਟਾਲੇ ਦੇ ਲਈ ਕੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੀ ਸਮਰੱਥਾ ਦੀ ਪੋਲ ਨਹੀਂ ਖੁੱਲਦੀ? ਨੀਟ ਪ੍ਰੀਖਿਆ ਘੁਟਾਲੇ ਦੇ ਮਾਮਲੇ ਨਾਲ ਕਹਿੰਦੇ ਜਾਂਚ ਵੀ ਉਹਨਾਂ ਕੋਲ ਜਿਹੜੇ ਸਵਾਲਾਂ ਦੇ ਘੇਰੇ 'ਚ ਨੇ। ਜਿੱਥੇ ਜਿੱਥੇ ਉਹ ਬੰਦਾ ਲਾਇਆ ਕਹਿੰਦੇ ਉੱਥੇ ਉੱਥੇ ਘੁਟਾਲੇ ਹੋਏ ਨੇ। ਸੋ ਇਹਦੇ ਮਾਇਨੇ ਕੀ ਨੇ? ਸੋ ਮੈਂ ਤਾਂ ਹੀ ਕਹਿ ਰਿਹਾ ਕਿ ਕੀ ਇਹ ਸਾਰੀਆਂ ਘਟਨਾਵਾਂ ਨਲਾਇਕੀ ਨਾਲ ਸੰਬੰਧ ਰੱਖਦੀਆਂ ਜਾਂ ਹੁਣ ਭ੍ਰਿਸ਼ਟਾਚਾਰ ਦੀ ਮੁਸਕ ਆਉਣ ਲੱਗੀ ਹੈ? ਜਨਾਬ, ਕਦੋਂ ਸੁਣੋਗੇ? ਨੀਟ ਪ੍ਰੀਖਿਆ ਘੁਟਾਲਾ ਇੱਕ ਘੁਟਾਲਾ ਹੀ ਨੀਗਾ, ਇਹ ਰਾਸ਼ਟਰੀ ਹਾਦਸਾ ਹੈ ਜਨਾਬ। ਹੁਣ ਰਾਸ਼ਟਰਵਾਦ ਕਿੱਥੇ ਹੈ? ਮੈਂ ਰਾਸ਼ਟਰੀ ਹਾਦਸਾ ਕਿਉਂ ਦੇ ਰਿਹਾ ਇਸ ਨੂੰ ਨਾ? 24 ਲੱਖ ਵਿਦਿਆਰਥੀ ਸਿੱਧਾ ਜੁੜਿਆ ਸੀ ਇਸਦੇ ਨਾਲ, 24 ਲੱਖ ਵਿਦਿਆਰਥੀਆਂ ਦਾ ਭਵਿੱਖ ਹੱਥ ਬਾਟੇ ਲੱਟ ਗਿਆ। ਇਕੱਲੇ 24 ਲੱਖ ਵਿਦਿਆਰਥੀ ਕਿਉਂ? ਇੱਕ ਜਵਾਕ ਦੇ ਘਰ 'ਚ ਜੇ 5 ਜੀ ਨੇ ਤਾਂ ਉਹਨਾਂ ਦਾ ਖਾਣਾ ਪੀਣਾ ਸੌਣਾ ਉੱਠਣਾ ਸਾਰਾ ਪ੍ਰਭਾਵਿਤ ਹੋ ਗਿਆ ਇਸ ਪ੍ਰੀਖਿਆ ਦੇ ਨਾਲ। ਮਾਂ ਪਿਓ 'ਤੇ ਸੋਚੋ ਕੀ ਬੀਤਦੀ ਹੋਣੀ, ਘਰ ਦੇ ਵਿੱਚ ਮਾਹੌਲ ਕਿਹੋ ਜਿਹਾ ਉਹਨਾਂ ਬੱਚਿਆਂ ਦੇ। ਸੋ ਇਹ ਇਕੱਲੇ 24 ਲੱਖ ਵਿਦਿਆਰਥੀਆਂ ਦਾ ਮਸਲਾ ਨਹੀਂ, 24 ਲੱਖ ਵਿਦਿਆਰਥੀਆਂ ਦੇ ਪਰਿਵਾਰਾਂ ਦਾ ਮਸਲਾ ਹੈ, ਮਤਲਬ ਲਗਭਗ 1.25 ਕਰੋੜ ਆਬਾਦੀ। ਅਤੇ ਫਿਰ ਇਹ ਰਾਸ਼ਟਰੀ ਸਮੱਸਿਆ ਨਹੀਂ ਗੀ, ਇਹ ਰਾਸ਼ਟਰੀ ਹਾਦਸਾ ਨਹੀਂ ਗਾ, ਇਹ ਰਾਸ਼ਟਰੀ ਘੁਟਾਲਾ ਨਹੀਂ ਗਾ? ਅਤੇ ਤੁਸੀਂ ਚੁੱਪ ਹੋ ਜਾਣਾ, ਗੱਲ ਵੀ ਨਹੀਂ ਕਰਾਂਗੇ ਅਸੀਂ, ਅਸੀਂ ਇਹਦੇ ਪਰ ਚਰਚਾ ਵੀ ਨਹੀਂ ਕਰਾਂਗੇ, ਅਸੀਂ ਇਹਦੇ 'ਤੇ ਬਹਿਸ ਵੀ ਨਹੀਂ ਕਰਾਂਗੇ, ਅਸੀਂ ਇਹਦੇ ਪਰ ਬਿਆਨ ਵੀ ਨਹੀਂ ਦੇਵਾਂਗੇ, ਪ੍ਰੀਖਿਆ ਨੂੰ ਲੈ ਕੇ ਉਹਨਾਂ ਪਰਿਵਾਰਾਂ ਨੂੰ ਭਰੋਸਾ ਵੀ ਨਹੀਂ ਦੇਵਾਂਗੇ ਕਿ ਦੁਬਾਰਾ ਕਿਵੇਂ ਹੋਊ, ਕਿਸ ਰੂਪ 'ਚ ਹੋਊ। ਕੇਂਦਰ ਸਰਕਾਰ ਨੇ ਸਰਕਾਰੀ ਫੀਸ ਵਜੋਂ ਹੀ ਇਹਨਾਂ ਜਵਾਕਾਂ ਤੋਂ 1,000 ਕਰੋੜ ਰੁਪਇਆ ਇਕੱਠਾ ਕੀਤਾ। ਇਹ ਮੈਂ ਅਧਿਕਾਰਤ ਫੀਸ ਦੀ ਗੱਲ ਕਰ ਰਿਹਾ, ਅਧਿਕਾਰਤ ਤੌਰ 'ਤੇ ਜਿਹੜੀ ਫੀਸ ਇਕੱਠੀ ਕੀਤੀ ਗਈ, ਅਜੇ ਮੈਂ ਉਹਦੀ ਉਹ ਗੱਲ ਕਰ ਰਿਹਾ। ਜਿਹੜਾ ਪੇਪਰ ਲੀਕ ਮਾਮਲੇ ਦੇ ਵਿੱਚ ਪੈਸਾ ਇਕੱਠਾ ਕੀਤਾ, ਕਿਹਨੇ ਕੀਤਾ, ਕਿਹਨੇ ਵੰਡਿਆ, ਕਿਹਨੇ ਛਕਿਆ, ਉਹਦਾ ਹਿਸਾਬ ਕਿਤਾਬ ਨਹੀਂ ਹੈ ਮੇਰੇ ਕੋਲ। ਪਰ ਕੇਂਦਰ ਸਰਕਾਰ ਨੇ ਸਰਕਾਰੀ ਫੀਸ ਵਜੋਂ ਇਹਨਾਂ ਵਿਦਿਆਰਥੀਆਂ ਕੋਲੋਂ 1,000 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਹੈ। ਘੁਟਾਲੇ ਵਾਲੇ ਪੈਸੇ ਦਾ ਹਿਸਾਬ ਕਿਤਾਬ ਘੁਟਾਲਾ ਕਰਨ ਵਾਲੇ ਜਾਣਨ ਜਾਂ ਹਿੱਸਾ ਵੰਡਾਉਣ ਵਾਲੇ ਜਾਣਨ, ਆਪਾਂ ਨੂੰ ਨਹੀਂ ਪਤਾ। ਇਹਨਾਂ ਸਾਰੇ ਮਸਲਿਆਂ 'ਚ ਉਲਝੀ ਨਵੀਂ ਸਰਕਾਰ, ਜਾਂ ਇੰਝ ਆਖੀਏ 10 ਸਾਲ ਪੁਰਾਣੀ ਸਰਕਾਰ, ਕਹਿਣ ਨੂੰ ਤੀਜੀ ਵਾਰ ਦੀ ਨਵੀਂ ਸਰਕਾਰ ਹੈ, ਨਵੀਂ ਸਰਕਾਰ ਨਹੀਂ ਹੈ ਜਨਾਬ, 10 ਸਾਲ ਤੋਂ ਕੰਮ ਕਰਦੀ ਆ ਰਹੀ ਹੈ। ਇਸ ਲਈ ਹੁਣ ਪਰਪੱਖ ਹੋ ਗਈ ਇਸ ਖੇਡਾਂ ਦੇ ਲਈ, ਜਾਂ ਹੁਣ ਖੇਡ ਰਹੀ ਸੀ ਅਤੇ ਫਸ ਗਈ? ਪੁਰਾਣੀ ਸਰਕਾਰ ਦੇ ਘਰ ਵਿੱਚ ਇੱਕ ਨਵੀਂ ਖਾਨਾ ਜੰਗੀ ਵੀ ਸ਼ੁਰੂ ਹੋ ਗਈ ਜਨਾਬ। ਇਸ ਨਵੀਂ ਸਰਕਾਰ ਦੇ ਜਾਂ 10 ਸਾਲ ਪੁਰਾਣੀ ਸਰਕਾਰ ਦੇ ਘਰੇ ਹੁਣ ਆਪਣੇ ਘਰੇਲੂ ਕਲੇਸ਼ ਵੀ, ਇੱਕ ਪਾਸੇ ਆਹ ਮਸਲੇ, ਆਹ ਘਟਨਾਵਾਂ, ਆ ਰਾਸ਼ਟਰੀ ਹਾਦਸੇ, ਰਾਸ਼ਟਰੀ ਘੁਟਾਲੇ, ਇਹ ਸਾਹਮਣੇ ਆ ਰਹੇ ਨੇ, ਦੂਏ ਪਾਸੇ ਉਹਨਾਂ ਦੇ ਆਪਣੇ ਘਰ ਦੀ ਖਾਨਾ ਜੰਗੀ।
ਮਣੀਪੁਰ ਦੇ ਭਾਜਪਾ ਹੀ ਸੀਐਮ ਨੇ ਐਨ ਨਰਿੰਦਰ ਸਿੰਘ, ਉਹਨਾਂ ਨੇ ਮੀਡੀਆ 'ਚ ਗੱਲ ਕਹੀ ਹੈ। ਮਣੀਪੁਰ ਦੇ ਭਾਜਪਾ ਹੀ ਸੀਐਮ ਐਨ ਨਰਿੰਦਰ ਸਿੰਘ ਨੇ ਮੀਡੀਆ 'ਚ ਗੱਲ ਕਹੀ ਹੈ ਕਿ ਕੇਂਦਰ ਸਰਕਾਰ ਸੂਬਿਆਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਹੀ। ਹੁਣ ਦੱਸੋ, ਅਸੀਂ ਤਾਂ ਲਗਾਤਾਰ ਪਹਿਲੇ ਦਿਨਾਂ ਤੋਂ ਕਹਿੰਦੇ ਹਾਂ ਕਿ ਭਾਈ ਸੂਬਿਆਂ ਨੂੰ ਸੂਬਿਆਂ ਵਾਂਗ ਟ੍ਰੀਟ ਕਰੋ, ਸੂਬਿਆਂ ਦੇ ਮਸਲੇ ਸੂਬਿਆਂ ਦੇ ਆਧਾਰ 'ਤੇ ਹੱਲ ਕਰੋ, ਪੂਰੇ ਮੁਲਕ ਨੂੰ ਇੱਕੋ ਰਸੇ 'ਚ ਬੰਨਣ ਦੀ ਕੋਸ਼ਿਸ਼ ਨਾ ਕਰੋ। ਹਰ ਸੂਬੇ ਦਾ ਆਪਣਾ ਮਸਲਾ, ਆਪਣੀ ਆਪਣੀ ਸੱਭਿਅਤਾ, ਆਪਣਾ ਧਰਮ, ਆਪਣੀ ਪਹਿਚਾਣ, ਆਪਣੀ ਮਿੱਟੀ, ਆਪਣੀ ਆਬੋ ਹਵਾ, ਮੌਸਮ ਮਿਜਾਜ, ਸਾਰਾ ਕੁਛ ਸੰਬੰਧਿਤ ਹੁੰਦਾ। ਮਹਾਰਾਸ਼ਟਰ 'ਚ ਪਛੜਨ ਤੋਂ ਬਾਅਦ ਭਾਜਪਾ ਨਾਲ ਮਤਲਬ ਕਿ ਜਿਹੜੀਆਂ ਧਿਰਾਂ ਆਈਆਂ, ਚਾਹੇ ਉਹ ਐਨ ਸੀ ਪੀ 'ਚੋਂ ਟੁੱਟ ਕੇ ਆਈਆਂ ਹੈ ਨਾ, ਅਜੀਤ ਪਵਾਰ ਵਰਗੇ, ਚਾਹੇ ਸ਼ਿਵ ਸੈਨਾ 'ਚ ਉਧਵ ਠਾਕਰੇ 'ਚੋਂ ਤੋੜ ਕੇ ਲਿਆਉਂਦੇ, ਉਹ ਸਾਰਾ ਕੁਛ, ਸੋ ਉਹ ਸਾਰਿਆਂ 'ਚ ਆਪਸ 'ਚ ਵੀ ਬੇਭਰੋਸਗੀ ਪੈਦਾ ਹੋ, ਕਿਉਂਕਿ ਮਹਾਰਾਸ਼ਟਰ ਦੇ ਨਤੀਜੇ ਜੋ ਆਏ, ਹੁਣ ਭਾਜਪਾ ਸੋਚਦੀ ਇਕੱਲਿਆਂ ਲੜ ਲਈਏ, ਇੱਧਰ ਕਹਿੰਦੇ ਅਸੀਂ ਨਾ ਉੱਧਰ ਜੋਗੇ ਨਾ ਉੱਧਰ ਜੋਗੇ, ਉੱਧਰ ਅਗਲੇ ਕਹਿੰਦੇ ਆਪਾਂ ਮਿਲ ਕੇ ਲੜੀਏ, ਆਪਾਂ ਨੂੰ ਲੋਕ ਸਭਾ ਚੋਣਾਂ 'ਚ ਥੋੜ੍ਹਾ ਫਾਇਦਾ ਹੋਇਆ, ਉਸ ਦਾ ਵਿਧਾਨ ਸਭਾ 'ਚ ਆਪਣਾ ਫਿਰ ਦਾਅ ਲੱਗ ਜਾਵੇ। ਪਰ ਮਹਾਰਾਸ਼ਟਰ ਪੱਛਣ ਤੋਂ ਬਾਅਦ ਭਾਜਪਾ ਅਤੇ ਉਹਦੇ ਨਾਲ ਆਏ ਆ ਉਹਦੇ ਗੱਠਜੋੜ ਵਾਲੇ ਸਹਿਯੋਗੀ ਦਲ, ਉਹਨਾਂ 'ਚ ਬੇਭਰੋਸਗੀ ਖੜੀ ਹੈ। ਇਹ ਹੁਣ ਮੈਂ ਘਰ ਦੀ ਖਾਨਾ ਜੰਗੀ ਦੀ ਗੱਲ ਕਰਦਾ, ਮਣੀਪੁਰ ਦੇ ਮੁੱਖ ਮੰਤਰੀ ਉਹਨਾਂ ਦਾ ਬਿਆਨ, ਅਤੇ ਆ ਹੁਣ ਮਹਾਰਾਸ਼ਟਰ, ਉਹ ਤੋਂ ਅੱਗੇ RSS ਨਾਲ ਅਜੇ ਵੀ ਨਰਿੰਦਰ ਮੋਦੀ ਦੀ ਟੀਮ ਦਾ ਰਾਬਤਾ ਦਰੁਸਤ ਨਹੀਂ ਹੋਇਆ ਜਨਾਬ, ਅਜੇ ਵੀ ਉਹਨਾਂ ਨਾਲ ਗੱਲ ਨਹੀਂ ਬਣਦੀ ਦਿਖ ਰਹੀ। ਸੋ ਇਸ ਲਈ ਇਹ ਵੀ ਪਹਿਲੂ ਹੈਗਾ ਕਿ RSS ਨਾਲ ਨਰਿੰਦਰ ਮੋਦੀ ਹੋਰਾਂ ਦੀ ਭਾਜਪਾ ਦੀ ਟੀਮ ਦਾ ਤਾਲਮੇਲ ਬਿਲਕੁਲ ਵੀ ਸਹੀ ਨਹੀਂ ਬੈਠ ਰਿਹਾ। ਚਲੋ ਜੀ।